ਮੰਨ ਲਓ ਕਿਸੇ ਪ੍ਰਚਾਰਕ ਦਾ ਕਦਰ ਕਰਾਉਣਾ, ਮੰਨ ਲਓ ਬਾਬਾ ਗੁਲਾਬ ਗਲਤ ਸੀ, ਹਾਂ ਗਲਤ ਸੀ, ਗਲਤ ਸੀ, ਹਾਂ ਇਹਨਾਂ ਨੂੰ ਕਹਿਣਾ ਵੀ ਆਹ ਚੱਕੋ ਪੈਸੇ, ਹਾਂ ਤੇ ਦੀਵਾਨ ਰੱਖਣ, ਠੀਕ ਹੈ, ਤੇ ਰੋਟੀ ਤੁਹਾਡੇ ਘਰੇ ਹੋਣੀ ਚਾਹੀਦੀ, ਹਾਂ ਬਾਅਦ ਬਾਬਾ ਗਿਆ ਬੱਲੇ ਬੱਲੇ ਬੱਲੇ। ਹੁਣ ਜਿਹੜੀ ਕੁੜੀ ਨੂੰ ਡੋਰੀ ਤੋਂ ਸੱਦਣਾ ਅਸੀਂ, ਠੀਕ ਹੈ, 2-2.5 ਲੱਖ ਰੁਪਇਆ ਮੈਂ ਲਾਊਂਗਾ, ਉਹ ਇਸ ਕਰਕੇ ਨਹੀਂ ਲਾਉਣਾ ਵੀ ਮੇਰਾ ਉਹ ਚ ਨਾਂ ਬਣੂਗਾ, ਇਸ ਕਰਕੇ ਨਹੀਂ ਲਾਉਣਾ ਮੇਰੇ ਮਾਮਲਾ ਆਉਂਦਾ ਮੈਨੂੰ, ਠੀਕ ਹੈ, ਉਸ ਕੁੜੀ ਨੂੰ ਗੱਡੀ ਚ ਭਾ ਕੇ ਰੱਖਣਾ ਸੀ ਉਹਨੇ ਤਾਂ ਨਾਲ, ਉਹਦੀਆਂ ਲੱਤਾਂ ਬਾਹਾਂ ਤੋੜਨੀਆਂ ਚਾਰੇ, ਠੀਕ ਹੈ, ਉਹਨੂੰ ਮਾਜਰਾ ਵਾਲੇ ਦਿਨ ਉਹਨੂੰ ਕਹਿਣਾ ਵੀ ਅਸੀਂ ਕਹਿੰਦੇ ਤੂੰ ਬਲਾਤਕਾਰੀ ਸੀ, ਅਸੀਂ ਤੇਰੀਆਂ ਲੱਤਾਂ ਬਾਹਾਂ ਤਾਂ ਤੋੜੀਆਂ, ਠੀਕ ਹੈ, ਤੂੰ ਪੁਲਿਸ ਨੂੰ ਫੋਨ ਲਾ ਕੇ ਸਾਡੇ ਤੇ ਪਰਚਾ ਦਰਜ ਕਰਾ ਕੇ ਦਿਖਾ, ਜੇ ਤੂੰ ਸਾਡੇ ਤੇ ਪਰਚਾ ਦਰਜ ਕਰਵਾਏਗਾ ਇਧਰੋਂ ਰੇਪ ਦਾ ਹੋਊਗਾ, ਰੇਪ ਦਾ ਹੋਊਗਾ 15 ਸਾਲ ਦੀ ਕੈਦ, ਅਸੀਂ ਤਾਂ 6 ਮਹੀਨੇ ਨੂੰ ਬਾਹਰ ਆ ਜਾ ਕੇ ਹੁਣ ਵੇਖਦਾ ਹੁਣ ਹੀ ਰਾਜੀਨਾਮਾ ਕਰਨ ਤਾਂ ਹੀ ਚੱਲ ਗਈ, ਬਸ ਨਾਲੇ ਬਣੀ ਦੀ ਬਣੀ ਰਹਿ ਗਈ, ਠੀਕ ਹੈ, ਨਾਲੇ ਖੌਫ ਬਿਲਕੁਲ, ਤੇ ਨਾਲੇ ਕੁੜੀ ਦੇ ਸਾਹਮਣੇ ਉਹਨੂੰ ਕਹਾਂਗੇ 10 ਭੈਣ ਕਿਹੜਾ ਹੱਥ ਤੈਨੂੰ ਪਹਿਲਾਂ ਲੱਗਾ, ਠੀਕ ਹੈ ਭਾਈ, ਨਾ ਦੀ ਨਾਲ ਹੀ ਰਾਜੀਨਾਮਾ, ਰਾਜੀਨਾਮਾ ਤਾਂ ਪਹਿਲੋਂ ਗੱਡੀ ਚ ਬੈਠਾ ਸਾਡੇ ਨਾਲ, ਠੀਕ ਹੈ, ਤੇ ਉਹ ਤੋਂ ਫਿਰ ਆਪਾਂ ਕੀ ਕਰਨਾ ਕੀ ਹੁਣ ਦੱਸ, ਕੀ ਤਾਂ ਬਾਬੇ ਤੋਂ ਕਿਹੜੇ ਕੀ ਕਹਿਣਾ ਉਹਨੂੰ, ਕਿਹੜੇ ਲੱਤਾਂ ਹੀ ਤੋੜਨੀਆਂ ਵਾ, ਸੋਚੀ ਲੱਤਾਂ ਬਾਹਾਂ ਦੋਵੇਂ 2-2-3-3 ਥਾਂ ਤੋਂ ਭੰਨ ਲਿਆ, ਓਏ ਹੋਏ ਹੋਏ ਹੋਏ, ਅਸੀਂ ਨਾ ਉਹ ਸੀਨ ਨੂੰ ਚੇਤੇ ਕਰਦੇ ਹੁੰਦੇ ਆ, ਇੱਕ ਕੁੜੀ ਆ, ਹਾਂ ਉਹ ਚਾਹੇ ਸਾਡੀ ਧੀ ਆ ਚਾਹੇ ਸਾਡੀ ਭੈਣ ਸਕੀ ਆ, ਠੀਕ ਹੈ, ਉਹਨੂੰ ਕੋਈ ਬੰਦਾ ਲੈ ਗਿਆ, ਉਹ ਰਾਜੀ ਨੀ, ਫਿਰ ਉਹਦੇ ਧੱਕੇ ਨਾਲ ਕੱਪੜੇ ਲਵਾਏ, ਤੇ ਧੱਕੇ ਨਾਲ ਉਹਦੇ ਨਾਲ ਉਹਨਾਂ ਨੇ ਸਰੀਰਕ ਸੰਬੰਧ ਬਣਾਏ ਤੇ ਉਹਨੂੰ ਪ੍ਰੈਗਨੈਂਟ ਕਰ ਦਿੱਤਾ, ਠੀਕ ਹੈ, ਜੇ ਤਾਂ ਉਹ ਸਕੀ ਭੈਣ ਆ ਤੇ ਭਰਾ ਦਾ ਫਰਜ਼ ਕੀ ਹੈ, ਤੇ ਜੇ ਧੀ ਹੈ ਤੇ ਪਿਓ ਦਾ ਫਰਜ਼ ਕੀ ਹੈ, ਤੇ ਉਹ ਆਪਾਂ ਉਹ ਹਿਸਾਬ ਨਾਲ ਐਕਸ਼ਨ ਲੈਣਾ, ਜੇ ਉੱਥੇ ਕਹੀਏ ਵੀ ਸਾਡਾ ਨਾਂ ਬਣ ਜੇ, ਹਾਂ ਫਿਰ ਉਹਦੇ 'ਚ 2-4 ਹੀ ਵੱਜਦੀਆਂ ਹੁੰਦੀਆਂ, ਬਹੁਤ ਗੱਲ ਖਿੱਚ ਨਹੀਂ ਚੜ੍ਹਦੀ, ਫਿਰ ਫਿਰ ਲੱਤਾਂ ਨਹੀਂ ਟੁੱਟਦੀਆਂ, ਨਹੀਂ ਫਿਰ ਐਕਸ਼ਨ ਹੀ ਨਹੀਂ ਹੋਇਆ ਸਾਡਾ, ਠੀਕ ਹੈ, ਫਿਰ ਉਦੋਂ ਫਿਰ ਪਿੱਛੇ ਸੁਤਾ ਜਾਂਦੀ, ਘਰ ਬਾਹਰ ਪੁਲਿਸ ਤੰਗ ਕਰੂ, ਗੱਲਾਂ ਕੱਖਾਂ ਦਾ ਪਤਾ, ਇੰਨੀਆਂ ਕੁ ਮਾਰ ਕੇ ਤਾਂ ਨਾ ਗੱਲ ਸ਼ੁਰੂ ਕੀਤੀ ਸੀ, ਫਿਰ ਇਸ ਤੋਂ ਬਾਅਦ ਪਹਿਲਾਂ ਤਾਂ ਇੰਨੀਆਂ ਕੁ ਮਾਰੀਆਂ, ਫਿਰ ਉਹਨੂੰ ਕਿਹਾ ਵੀ ਹੁਣ ਬਹਿ ਕੇ ਗੱਲ ਤੋੜਦੇ ਆ, ਓਏ ਹੋਏ ਫਿਰ ਲੈ ਕੇ ਉੱਥੇ, ਫਿਰ ਬਾਅਦ ਚ ਤਾਂ ਫਿਰ ਤੁਹਾਨੂੰ ਪਤਾ ਵੀ 2-3 ਛੁੱਟੀਆਂ ਸੀ ਲੱਗ ਗਏ ਖੇਤਾਂ 'ਚ, ਉਹ ਤਾਂ ਖੇਤਾਂ 'ਚ ਹੀ ਆ ਤਾਂ, ਪਹਿਲਾਂ ਤਾਂ ਪਤਾ ਨਹੀਂ ਕੀ ਪੜ੍ਹੀ ਜਾਂਦੇ, ਮੈਂ ਕਿਹਾ ਪੜ੍ਹ ਲਾ ਜਿਹੜੇ ਦੇਵੀ ਦੇਵਤੇ ਤੇ ਹੋਣੇ ਧਿਆ ਦੇ, ਤੇ ਮੈਂ ਤੇਗ ਜੀ ਰੱਖ ਕੇ ਫਿਰ ਮੈਂ ਉਹਦੇ ਪਹਿਲਾਂ ਤਾਂ ਤੇਗ ਮਾਰੀ ਟਕਾ ਕੇ, ਮੈਂ ਕਿਹਾ ਵੀ ਚੱਲ ਕੋਈ ਨਾ। ਅੱਛਾ ਸ਼ੁਰੂ ਤੁਸੀਂ ਕੀਤੀ? ਮੈਂ ਹੀ ਮਾਰੀ ਪਹਿਲਾਂ ਦੇਖ, ਮੈਂ ਕਿਹਾ ਸਿੰਘੂ ਪੀੜੀ ਨਾ ਦਿਖਾਇਓ, ਹੁਣ ਕੁੜੀ ਵਾਲਾ ਸਿਸਟਮ ਤਾਂ ਤੂੰ ਬਾਅਦ ਚ ਹੋਣਾ ਵਾ, ਉਸ ਹਿਸਾਬ ਨਾਲ ਸਾਡੇ ਨਾਲ ਗੱਲਬਾਤ ਕਰੀ, ਫਿਰ ਤਾਂ ਮੈਂ ਬੋਲਦਾ ਸੀਗਾ ਤੋਤੇ ਨੂੰ, ਮੈਂ ਕਹਿੰਦਾ ਤੂੰ ਬਾਬੇ ਦੇ ਗਾਲ ਵਾਲਾ ਮੰਗਲ ਸੂਤਰ ਜਿਹਾ ਕਿਤੇ ਦੀ ਕਿਤੇ ਵੀ ਸੁਆਇਆ ਰਾਜੀਨਾਮਾ ਕਰਨਾ ਫਰਲਾ ਛੱਡੇ ਹੋਰ ਵੀ ਤੂੰ
ਸਾਦੇ ਕੱਪੜੇ ਪਾ ਕੇ ਨਾਲ ਆਏ ਸੀ ਹਾਂ ਉਹਨਾਂ ਇੱਕ ਸਿੰਘ ਸੀ ਚਾਰ ਪੰਜ ਹਾਂ ਇੱਕ ਇਹਦੇ ਨਾਲ ਦਾ ਸੀ ਕੋਲ ਪਰਨੇ ਵਾਲਾ ਉਹ ਗੱਡੀ ਚਲਾਉਂਦਾ ਸੀ ਹਾਂ ਸੇ ਮੈਂ ਮੂਰੇ ਗੱਡੀ ਨਾਲ ਹੀ ਨਾਲ ਕੌਕੇ ਕੌਕੇ ਦੀਪਕ ਢਾਬੇ ਤੇ ਗੱਡੀ ਰੁਕੀ ਹਾਂ ਦੋ ਬੰਦੇ ਮੈਂ ਸੱਜੇ ਹੱਥ ਖੜਾਏ ਦੋ ਖੱਬੇ ਹੱਥ ਇੱਕ ਸਾਹਮਣੇ ਖੜਾ ਹਾਂ ਪੰਜੇ ਮੋਨੇ ਕਿਸੇ ਹੋਣੀ ਜੱਜਮੈਂਟ ਵੀ ਮੇਰੀ ਆ ਹਾਂ ਗੱਡੀ 'ਚ ਮੈਂ ਤੇ ਜੱਸਾ ਨਾਲ ਕੁੜੀ ਹਾਂ ਕੁੜੀ ਨੂੰ ਮੈਂ ਕਹਿਤਾ ਮੈਂ ਕਿਹਾ ਦੁਨੀਆਂ ਇੱਧਰ ਦੀ ਉੱਧਰ ਹੋ ਜਾਏ ਤੂੰ ਗੱਡੀ 'ਚੋਂ ਨਿਕਲਣਾ ਤੂੰ ਕਿਹੜਾ ਮੈਂ ਇੱਥੇ ਭੀੜ 'ਚ ਨਹੀਂ ਬਹਿਣਾ ਇਕੱਲੀ ਨੇ ਬਹਿਣਾ ਹਾਂ ਮੈਂ ਕਿਹਾ ਕਿਉਂ ਬਾਬਾ ਐਵੇਂ ਕਿਉਂ ਇੱਥੇ ਜਲੂਸ ਕਢਾਉਣਾ ਆਪਾਂ ਪਾਸੇ ਨੇ ਹਾਂ ਗੱਡੀ ਅਸੀਂ ਉੱਤੋਂ ਦੀ ਘੁਮਾ ਕੇ ਲਿਆ ਕੇ ਰਾਜੇ ਦੇ ਢਾਬੇ ਥੱਲੇ ਪੋਲਣੀ ਦਾ ਹਾਂ ਉਹਦੇ ਥੱਲੋਂ ਗਾਂ ਬਾਹਰ ਨੂੰ ਖਾਲੀ ਰਾਹ ਨਿਕਲਣਾ ਹਾਂ ਉੱਥੇ ਸਿਵੇ ਜੇ ਸੀਗੇ ਉਹਦੇ ਮੂਹਰੇ ਜਾ ਕੇ ਖੜ ਗਈ ਗੱਡੀ ਹਾਂ ਬਾਬਾ ਬਾਹਰ ਆ ਗਿਆ ਦੋਵਾਂ ਗੱਡੀਆਂ ਨੂੰ ਇਸ਼ਾਰੇ ਕਰਦੇ ਹਾਂ ਵੀ ਜਮਾਂ ਬੰਪਰ ਨਾਲ ਬੰਪਰ ਜੋੜ ਕੇ ਖੜਾ ਲਓ ਵੀ ਨਾ ਗੱਡੀ ਪਿੱਛੇ ਜਾਵੇ ਤੇ ਰਾਹ ਕੇ ਅੱਛਾ ਖੜ ਗਈ ਬਾਹਰ ਆ ਗਏ ਬੰਦੇ ਡਰਾਈਵਰ ਉਹਦਾ ਬੈਠਾ ਰਿਹਾ ਹਾਂ ਤੇ ਸਰਪੰਚ ਨੂੰ ਕੋਂਕਲੇ ਨੂੰ ਮੈਂ ਇਸ਼ਾਰਾ ਕਰਤਾ ਹਾਂ ਮੈਂ ਕਿਹਾ ਤੇਰਾ ਪਿਸਤੌਲ ਜਾ ਕਿੱਥੇ ਕਹਿੰਦਾ ਕੋਲੇ ਮੈਂ ਕਿਹਾ ਉਹਦੇ ਮੂੰਹ 'ਚ ਪਾ ਦੇ ਬੈਰਨ ਜਾ ਕੇ ਡਰਾਈਵਰ ਦੇ ਹਾਂ ਤੇ ਉਹ ਉੱਥੇ ਹੀ ਬਾਲਿਆ ਬਸ ਮੈਂ ਜਿਹੜੇ ਨਾਲ ਨੇ ਪੰਜ ਆਏ ਸੀਗੇ ਹਾਂ ਤੇ ਬਾਬੇ ਦੇ ਮੂਹਰੇ ਉਹ ਖੜਦੇ ਸੀ ਮੈਂ ਉਹਨਾਂ ਨੂੰ ਸਿੱਧਾ ਹੀ ਕਹਿੰਦਾ ਹਾਂ ਮੈਂ ਕਿਹਾ ਬਾਬਾ ਹੈਗਾ ਅਸੀਂ ਕੁੱਟਣਾ ਜੇ ਤਾਂ ਤੁਹਾਨੂੰ ਲੱਗਦਾ ਤੁਸੀਂ ਇਹਨੂੰ ਬਚਾ ਲਓਗੇ ਤੇ ਪਹਿਲੋਂ ਸਾਡੇ ਨਾਲ ਤੁਸੀਂ ਲੜੋ ਹਾਂ ਸਿੱਧੀ ਜੀ ਗੱਲ ਆ ਤੇ ਜੇ ਤੁਹਾਨੂੰ ਲੱਗਦਾ ਵੀ ਅਸੀਂ ਸਹੀ ਆ ਫਿਰ ਚੁੱਪ ਕਰਕੇ ਆਦਾ ਭੱਜ ਗੱਡੀ 'ਚ ਬਹਿ ਗਏ ਗੱਡੀ ਬਾਬੇ ਦੀ ਮੈਂ ਬਾਲਿਆ ਗੱਡੀ ਬਾਬਾ ਇੱਧਰ ਬਹਿ ਗਿਆ ਤੇ ਮੈਂ ਚਲਾਉਣਾ ਕੌਂਕੇ ਲਿਆਏ ਫਿਰ ਅਸੀਂ ਫੈਕਟਰੀ ਚੱਲ ਅੱਛਾ ਗੱਡੀ ਫਿਰ ਤੁਸੀਂ ਚਲਾਈ ਮੈਂ ਚਲਾ ਕੇ ਲੈ ਕੇ ਬਾਬਾ ਕਿੱਥੇ ਮੰਨਦਾ ਸੀ ਹਾਂ ਬਾਬੇ ਦੇ ਤਾਂ ਬਾਬਾ ਸੱਚਾ ਉਹਦੇ ਪਿਸਤੌਲ ਲਾਇਆ ਸੀ ਸਿਰ ਨੂੰ ਹੋਏ ਹੋਏ ਪੁਲਿਸ ਹੀ ਨਹੀਂ ਸੱਚ ਮੰਨ ਰਹੀ ਬੱਲੇ ਬੱਲੇ ਨਾ ਹਵਾ ਚੱਲ ਪੈਂਦੀ ਹੁੰਦੀ ਹੈ ਜਦੋਂ ਤੁਸੀਂ ਨੇਕ ਲੜਾਈ ਨੂੰ ਤੁਰੋ ਨਾ ਮਹਾਰਾਜ ਆ ਪਾਉਂਦੇ ਆ ਵਾਹ ਉਹਨੇ ਭੈਣ ਚੋਂ ਕੀਸੀਆਂ ਕਰ ਲਈਆਂ ਡੀਐਸਪੀ ਤੱਕ ਪੈਸੇ ਦੇਤੇ ਵੀ ਮਹਿਰੋਂ ਵਾਲੇ ਕੋਲੇ ਅਸਲਾ ਸੀ ਨਹੀਂ ਬਾਬਾ ਕਿਵੇਂ ਸੱਚਾ ਕਹਿ ਰਹੇ ਹੋ ਇਨਕੁਆਰੀ ਹੋ ਸਕਦੀ ਸਾਡੇ ਤੇ ਸਾਡੇ ਅਸਲਿਆਂ ਦੀ ਇਨਕੁਆਰੀ ਚੱਲ ਸਕਦੀ ਆ ਫੇਰ ਤੁਹਾਡੇ ਵੀ ਨਾਲ ਮਾਰੇ ਜਾਂਦੇ ਬਾਅਦ ਚ ਹੁਣ ਜਿਹਦਾ ਕੋਈ ਨੀ ਉਹਦਾ ਪਰਮੇਸ਼ਰ ਹੁਣ ਗੱਲ ਤਾਂ ਇਉਂ ਆ ਜਦੋਂ ਤੈਨੂੰ ਕੁੱਟਤਾ ਸੀ ਤੂੰ ਥਾਣੇ ਥਣ ਫੜਨ ਗਿਆ ਤੂੰ ਹਸਪਤਾਲ ਜਾ ਸਾਡੇ ਤੇ ਪਰਚਾ ਕਰਾ ਬਿਲਕੁਲ ਥਾਣੇ ਗਿਆ ਤੂੰ ਹਸਪਤਾਲ ਗਿਆ ਨੀ ਸਿੱਧਾ ਥਾਣੇ ਆਪ ਉੱਠ ਗਿਆ ਕੈਮਰਿਆਂ ਦੇ ਵਿੱਚ ਆ ਗਿਆ ਉਹ ਸਾਡੇ ਤੇ ਪਰਚਾ ਹੋ ਹੀ ਨੀ ਸਕਦਾ ਪਰਚੇ ਦੇ ਪਰਚਾ ਕਿਤੇ ਗਾ ਇਨਕੁਆਇਰੀ ਲਾ ਦਾਂਗੇ ਵੱਡੇ ਅਫਸਰ ਦੇ ਥਾਣੇ ਦੀ ਭੈਣ ਜਦੋਂ ਹੀ ਸੀਸੀਟੀਵੀ ਕਢਾਓ ਬਾਬਾ ਤਾਂ ਤੁਰ ਕੇ ਆਪ ਗਿਆ ਅਸੀਂ ਕੁੱਟਿਆ ਹੋਵੇ ਬਾਬਾ ਕਿਵੇਂ ਚੱਲ ਜੀ ਵਾਹ ਵਾਹ ਜਦੋਂ ਉੱਥੇ ਗਿਆ ਐਸ ਐਚ ਓ ਦਾ ਸਿਟੀ ਚ ਗਰਾਊਂਡ ਦਾ ਮੈਨੂੰ ਫੋਨ ਆ ਗਿਆ ਹਾਂ ਕਹਿੰਦੇ ਅੰਮ੍ਰਿਤਪਾਲ ਸਿੰਘ ਬੋਲਦਾ ਮੈਂ ਕਿਹਾ ਮੈਂ ਵੀ ਅੰਮ੍ਰਿਤਪਾਲ ਸਿੰਘ ਹੀ ਬੋਲਦਾ ਐਸ ਐਚ ਓ ਦਾ ਨਾਮ ਵੀ ਅਮਰਦੀਪ ਠੀਕ ਹੈ ਮੈਂ ਕਿਹਾ ਬਾਈ ਨਾ ਮਿਲ ਗਏ ਹੁਣ ਗਾਂਹ ਵੇਖੋ ਕੀ ਹੁੰਦਾ ਬੋਲੋ ਮੈਂ ਕਿਹਾ ਕਹਿੰਦਾ ਪਤਾ ਤਾਂ ਤੈਨੂੰ ਲੱਗ ਹੀ ਗਿਆ ਮੈਂ ਕਿਹਾ ਤੁਹਾਨੂੰ ਵੀ ਪਤਾ ਲੱਗ ਹੀ ਗਿਆ ਹੁਣ ਹਾਂ ਅਸਲ ਗੱਲ ਕੀ ਹੈ ਮੈਂ ਕਿਹਾ ਅਸਲ ਵਿੱਚ ਆ ਹਾਂ ਕਹਿੰਦਾ ਤੈਨੂੰ ਆਉਣਾ ਪੈਣਾ ਮੈਂ ਕਿਹਾ ਹੋ ਜਾ ਤਿਆਰ ਆ ਗਿਆ ਭਾਜੀ ਅੱਛਾ ਮੈਂ ਕਿਹਾ ਚੱਕੀ ਗੱਡੀ ਇਕੱਲਾ ਹੀ ਉੜ ਗਿਆ ਇਕੱਲਾ ਹੀ ਫੇਰ ਵੀ ਮੈਂ ਕਿਹਾ ਬਾਈ ਮੈਂ ਨੀ ਤੈਨੂੰ ਜਾਣਦਾ ਹਾਂ ਤੇ ਤੂੰ ਮੈਨੂੰ ਸ਼ਾਇਦ ਜਾਣਦਾ ਹੋਏਗਾ ਹਾਂ ਉਹ ਕੁੜੀ ਮੇਰੀ ਗਵਾਣੀ ਦੱਸਦੀ ਆਹ ਗੱਲ ਆ ਗੱਡੀ 'ਚ ਬੈਠ ਤੈਨੂੰ ਕੁੜੀ ਦੇ ਘਰੇ ਲਿਜਾ ਕੁੜੀ ਦੀ ਮਾਂ ਦੇ ਨੱਕ 'ਚ ਪੈਪ ਲੱਗੀ ਆ ਤੇ ਘਰੇ ਬੋਤਲ ਲੱਗੀ ਪਈ ਆ ਉਹਦੇ ਕੋਲ ਪੈਸੇ ਨੀ ਇਲਾਜ ਨੂੰ ਇਹ ਕੁੜੀ ਜਾਵਾ ਉਹਨੂੰ ਠੀਕ ਕਰਨ ਲਈ ਇਹਨੂੰ 2 ਸਾਲਾਂ ਤੋਂ ਸਿਹਤ ਸੰਬੰਧ ਬਣਾਈ ਜਾਂਦਾ ਅੱਛਾ ਕੁੜੀ ਦੇ ਹੁਣੇ ਲਓ ਬਿਆਨ ਰਾਤੇ ਰਾਤ ਪਰਚਾ ਰੇਪ ਦਾ ਕੱਟੋ ਤੇ ਬਾਬੇ ਨੂੰ ਰਾਤੇ ਰਾਤ ਹੀ ਦੇੜ ਦੇ ਮੈਂ ਕਿਹਾ ਜਿੱਥੇ ਤੈਨੂੰ ਮੇਰੀ ਲੋੜ ਆ ਮੈਂ ਆਊਂਗਾ ਜੇ ਮੈਂ ਹੁਣ ਆ ਸਕਦਾ ਮੈਂ ਕੱਲ ਨੂੰ ਵੀ ਆਊਂਗਾ ਠੀਕ ਹੈ ਜਦੋਂ ਨੂੰ ਮੈਂ ਕਹਿੰਦੇ ਛਪਾ ਖੱਬੇ ਨੂੰ ਕਰਨ ਵਾਲਿਆਂ ਨੇ ਉੱਠਣਾ ਹਾਂ ਉਦੋਂ ਨੂੰ ਬਾਬਾ ਰੇੜਾ ਕਰ ਦੇਣਾ ਇਹਨਾਂ ਨੇ ਬਸ ਸਾਰੀ ਰਾਤ ਫਿਰ ਬਾਬਾ ਠੀਕ ਹੈ ਸਵੇਰੇ ਫੋਨ ਆਇਆ ਸੱਚ ਉਹ ਕਹਿੰਦਾ ਬਾਬਾ ਇਹਦੇ ਕੜੇ ਛਾਪਾ DVR ਹਾਂ ਮੈਂ ਕਿਹਾ ਬਈ ਓਲਾ ਕਿਸੇ ਚੀਜ਼ ਦਾ ਨਹੀਂ ਝੂਠ ਹੈ 1% ਨਹੀਂ DVR ਅਸੀਂ ਤਾਂ ਫੱਟੇ ਹਾਂ ਸਾਡੇ ਨਾਲ ਕਈ ਬੰਦੇ ਫਸਦੇ ਸੀ ਮਤਲਬ ਤੁਸੀਂ ਫਸਦੇ ਸੀ ਜਿਹੜੀ ਮੇਨ ਗੱਲ ਠੀਕ ਹੈ ਸਾਨੂੰ ਕਿਸੇ ਸਾਲੇ ਦਾ ਕੋਈ ਡਰ ਨਹੀਂ ਮੈਂ ਲਾਈਵ ਹੋ ਕੇ ਵੀ ਇਹ ਗੱਲ ਕਹੀ ਆ ਠੀਕ ਹੈ ਕੋਈ ਡਰ ਨਹੀਂ ਕਿਸੇ ਬੰਦੇ ਨੂੰ ਕੋਈ ਡਰ ਨਹੀਂ ਸਾਡੇ ਹਾਂ ਉਹਦੇ 'ਚ ਨਜਾਇਜ਼ ਬੰਦੇ ਫਸਦੇ ਸੀ ਅਸੀਂ ਤਾਂ ਫੱਟ ਕੇ ਲਗਾਏ ਤੇ ਨਹਿਰ 'ਚ ਸਿੱਟ ਦਿੱਤੇ
ਉਹਦਾ ਪਰਚਾ ਪਹਿਲਾਂ ਦਿਖਾ ਦੇਣਾ ਜਦੋਂ ਤੇਰੇ ਗਿਆਨ ਦੀ ਵੀਡੀਓ ਨਹੀਂ ਹੈਗੀ ਡੀਵੀਆਰ ਦੀ ਵੀਡੀਓ ਕਿੱਥੇ ਬਣਨੀ ਠੀਕ ਹੈ ਉਹ ਨਾ ਮੈਂ ਦੇਣੇ ਆ ਤੇ ਨਾ ਹੀ ਹੁਣ ਮੇਰੇ ਕੋਲ ਹੈਗੇ ਆ ਜੇ ਇਦੂ ਇਲਾਵਾ ਕੋਈ ਗੱਲਬਾਤ ਹੈ ਤੇ ਦੱਸ ਕਹਿੰਦਾ ਮੈਨੂੰ ਪਰਚਾ ਪਾਉਣਾ ਪੈਣਾ ਮੈਂ ਕਿਹਾ ਮਰਜ਼ੀ ਆ ਪਾਉਣਾ ਤਾਂ ਪਾ ਦੇ ਫਿਰ ਹਾਂ ਫਿਰ ਅਸੀਂ ਚੱਕੀ ਗੱਡੀ ਭਾਈ ਅਸੀਂ ਉੱਥੇ ਏ ਡੀ ਜੀ ਪੀ ਕੋਲ ਉੱਠ ਗਏ ਚੰਡੀਗੜ੍ਹ ਸਿੱਧੇ ਸਿੱਧਾ ਹੀ ਮੈਂ ਅੱਛਾ ਮੈਂ ਕਿਹਾ ਵੀ ਗੱਲ ਹੈਗੀ ਆਏ ਤੇ ਆਹ ਨੰਬਰ ਆ ਤੇ ਉਹਨੂੰ ਫੋਨ ਲਾ ਹਾਂ ਕਹਿੰਦਾ ਬਾਬਾ ਕੋਈ ਚੱਕਰ ਨਹੀਂ ਗੁਰਦੁਆਰਾ ਸਾਹਿਬ ਮਿਲੇ ਅਸੀਂ ਏ ਡੀ ਜੀ ਪੀ ਹਾਂ ਭਾਵੇਂ ਹੁਣੇ ਹੀ ਫੋਨ ਲਾ ਦਾ ਮੈਂ ਵਾਹ ਬਾਬਾ ਚੱਕ ਨਹੀਂ ਕੋਈ ਗੱਲ ਨਹੀਂ ਕੋਈ ਕਹਿੰਦਾ ਪੁਲਿਸ ਨਹੀਂ ਪੁਲਿਸ ਸਵਾਲ ਹੀ ਨਹੀਂ ਪੈਦਾ ਹੁੰਦਾ ਪੁਲਿਸ ਤੁਹਾਨੂੰ ਫੋਨ ਕਰ ਜੇ ਠੀਕ ਹੈ ਹੁਣ ਅਸੀਂ ਸਵੇਰੇ ਫਿਰ ਮਿਲਣਾ ਫਿਰ ਮਿਲਣਾ ਫਿਰ ਮਿਲਣਾ ਇਨਕੁਆਇਰੀ ਲਾਉਣੀ ਦੁਬਾਰੇ ਬਾਬੇ ਉਹ ਕਾਹਦੀ ਜਿਹੜੀ ਵੀਡੀਓ ਤੋਂ ਬਾਅਦ ਸਾਨੂੰ ਸੀਸੀਟੀਵੀ ਚ ਮਿਲਣਾ ਉਦੋਂ ਤੱਕ ਤਾਂ ਹੈ ਨਹੀਂ ਸੀ ਸਾਡੇ ਸਿੱਧੇ ਸਿੱਧੇ ਸਿੱਧਾ ਕਾ ਸੱਜੇ ਨਹੀਂ ਨਹੀਂ ਸਿੱਧੇ ਲੰਘ ਜਾਣੀ ਰੋਣ ਮਿਲ ਜਾਣੀ ਤੁਸੀਂ ਬਹੁਤ ਪਿੰਡਾਂ ਚ ਘੁੰਮੇ ਤੁਸੀਂ ਨਾ ਜੂਮ ਘਟਾ ਕੇ ਨਕਸ਼ਾ ਬਾਹਰ ਦੀ ਦੇਖਿਆ ਵੱਡੇ ਆਈ ਅੱਛਾ ਬਾਬਾ ਤਾਂ ਕੁੱਬਾ ਕਰਦੇ ਨਾ ਰਿਮਾਂਡ ਦੇ ਲਿਆ ਲਿਆ ਪਹਿਲੀ ਤਾਂ ਗੱਲ ਇਹ ਕਿ ਸਵੇਰੇ ਡੀ ਐਸ ਪੀ ਪਤਾ ਲੱਗਾ ਵੀ ਇਹ ਡੀ ਐਸ ਪੀ ਤੇ ਕੋਲ ਕੇਸ ਨਾ ਭੇਜੋ ਹੋਰ ਡੀ ਐਸ ਪੀ ਕੋਲ ਕੇਸ ਲਾਓ ਜਾਂ ਡੀ ਐਸ ਪੀ ਹੈੱਡਕੁਆਟਰ ਇਹ ਡੀ ਐਸ ਪੀ ਕੌਣ ਆ ਜਸ ਜੋਤ ਆ ਕੋਈ ਜਿਹੜੇ ਪੈਸੇ ਦੇਤੇ ਬਸ ਉਹ ਕੀ ਕਰਨਾ ਪੈਸੇ ਤਾਂ ਹੀ ਹਾਂ ਤੁਸੀਂ ਲੱਖ ਰੁਪਇਆ ਦੇ ਦਿਓ ਉਹਦੇ ਚੱਡੇ ਪਾੜ ਦੂਗਾ ਉਹਨੇ ਡੇਢ ਰੱਖਤਾ ਤੇ ਉਹਨੇ ਡਾਂਗ ਰੋਕ ਦੇਣੀ ਉਹਨੂੰ ਲੱਗਦਾ ਬਾਬੇ ਨੇ ਚੜਾਈ ਹੋਣੀ ਬਾਬੇ ਨੇ ਦਿੱਤੇ ਆ ਮੈਨੂੰ ਚਿੱਤਰੋਂ ਡਰਦੇ ਨੇ ਚੜਾਈ ਹੋਣੀ ਸਰਬਜੀਤ ਕੌਰ ਮਾਣੂ ਕੇ ਐਮ ਐਲ ਏ ਆ ਉਧਰਲੀ ਜਨਾਨੀ ਆ ਨਾ ਉਹਨੇ ਵੀ ਮੇਰੇ ਤੋਂ ਲੱਖ ਰੁਪਇਆ ਲਿਆ ਅੱਛਾ ਮੈਂ ਤੁਹਾਨੂੰ ਕਿਹਾ ਸੀ ਮੈਂ ਪੈਸੇ ਭੇਜੂਗਾ ਹਾਂ ਮੈਂ ਉਦੋਂ ਹੀ ਭੇਜੇ ਪੈਸੇ ਵੀ ਬਾਬੇ ਜੋਨੀ ਨੂੰ ਫੋਨ ਨਹੀਂ ਜਾਣਾ ਚਾਹੀਦਾ ਸਾਡੇ ਕੋਲ ਮੈਂ ਘਰੇ ਬਹਿ ਜਾ ਜਾ ਕੇ ਅੱਛਾ ਜਿਹੜੀ ਮਾਣੂ ਕੇ ਲਈ ਐਮ ਐਲ ਏ ਐਮ ਐਲ ਏ ਵਾਹ ਜੱਪ ਕੀਤੀ ਤਾਂ ਜਗਦੀਪ ਸਰਪੰਚ ਮੰਮੀ ਤੋਂ ਪਿੰਡੋਂ ਘਰੋਂ ਪੈਸੇ ਫੜ ਕੇ ਲਿਆ ਡੈਡੀ ਨਾਲ ਫੋਨ ਲਾਇਆ ਨਹੀਂ ਪੈਸੇ ਦਿੱਤੇ ਪੈਸੇ ਫੜ ਕੇ ਲਿਆ ਤੂੰ ਕਹਿੰਦੇ ਸਰਪੰਚ ਨੂੰ ਦਿੱਤੇ ਉਹਨੇ ਲੈ ਕੇ ਐਮ ਐਲ ਏ ਨੂੰ ਦਿੱਤੇ ਉਹ ਕਹਿੰਦੇ ਵੀ ਕੀ ਗੱਲ ਆ ਮੈਂ ਕਿਹਾ ਵੀ ਆਹ ਗੱਲ ਆ ਤੇ ਇੱਕ ਉਹ ਆਹ ਗੱਲ ਹੋਣੀ ਹੁਣ ਤਾਂ ਫਿਰ ਖਤਮ ਹੀ ਹੈ ਕਹਾਣੀ ਨਹੀਂ ਹਜੇ ਕੋਸਮੋਸ ਜੀ ਚੱਲ ਰਹੀ ਨਾ ਵਿੱਚ ਅਸੀਂ ਹਜੇ ਛੱਡਾਂਗੇ ਵਿੱਚ ਹੋਰ ਸਭ ਚੱਲ ਰਹੀ ਹੈ ਚਲਾਉਣੀ ਹੈ ਥੋਡੀ ਨਹੀਂ ਹਾਂ ਇਹ ਕੇਸ ਖਤਮ ਹੋ ਗਿਆ ਬਸ ਥੋਡੇ ਲਈ ਸਾਡੇ ਲਈ ਚੱਲੂਗੀ ਹਜੇ ਅਸੀਂ ਹਜੇ ਅਸੀਂ ਨਹੀਂ ਨਾ ਰੁਕਣ ਦੇਣੀ ਜਿੰਨਾ ਚਿਰ ਬਾਬੇ ਦੇ ਇੱਕ ਪਰਚਾ ਹੋਰ ਨਹੀਂ ਆਉਂਦਾ ਸਾਨੂੰ ਸਾਡੀ ਚੈਨ ਹੀ ਹੈ ਨਹੀਂ ਟੇਕ ਹੀ ਹੈ ਬਾਕੀ ਕਿਤੇ ਕਿਤੇ ਟਾਈਮ ਕੱਢ ਲਿਆ ਕਰੋ ਦੁਕਾਨ ਦੇ ਨਾਲ ਮੈਂ ਨਾ ਅਸੀਂ ਜ਼ਿਆਦਾ ਕੋਈ ਵੱਡਾ ਕੰਮ ਕਰਾਂਗੇ ਜਾਂ ਮੈਂ ਬਾਹਰ ਜਾਊਂਗਾ ਬਈ ਇੱਥੇ ਨਾ ਮੇਰੀ ਜ਼ਿੰਦਗੀ ਨਹੀਂ ਅੱਛਾ ਬਾਹਲੇ ਦੋ ਜਮਾ ਬਾਹਲੇ ਜਾ ਕਿਉਂਕਿ ਅੱਧੇ ਤਾਂ ਅਸੀਂ ਮਾਰਨ ਨੂੰ ਫਿਰਦੇ ਵੀ ਇਹਨੂੰ ਮਾਰਤਾ ਤੇ ਫਿਰ ਸਾਡਾ ਨਾਂ ਮਰਦਾ ਬਹੁਤ ਦਿਨ ਗੱਲਬਾਤ ਚੱਲਣੀ ਵੀ ਫਲਾਨਾ ਪਤਾ ਮਾਰ ਓਹਨੂੰ ਜੇ ਮੈਂ ਕਹਿ ਦਾ ਵੀ ਆਏ ਨੀ ਆਏ ਉਹਨੇ ਕਹਿੰਦਾ ਠੀਕ ਆ ਉਹ ਮੇਰਾ ਸੀਨੀਅਰ ਸੀ ਉਹ ਮੈਂ ਸੀਨੀਅਰ ਸੀ ਉਹਦਾ ਜੂਨੀਅਰ ਆ ਠੀਕ ਹੈ ਉਹ ਵੀ ਬਾਹਰ ਹੀ ਅਰਸ਼ ਡਾਲਾ ਵੀ ਵੈਸੇ ਇੱਕ ਗੱਲ ਹੈ ਮਹਾਰਾਜ ਜਿਵੇਂ ਗੈਂਗਸਟਰਾਂ ਗੂੰਸਟਰਾਂ ਨਾਲ ਸਾਰਾ ਮੈਂ ਤਾਂ ਕਹਿੰਦਾ ਆੜੀ ਵੀ ਮਾੜੀ ਹੈ ਯਾਰ ਨਹੀਂ ਆੜੀ ਨਹੀਂ ਮਾੜੀ ਉਹਨਾਂ ਨਾਲ ਖੜਦੇ ਆ ਬੰਦੇ ਮਗਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਬੰਨ ਲਓ ਰੱਬ ਨਾ ਕਰੇ ਖਾਲਸੇ ਕੋਲੇ ਤਾਂ ਸਿੱਧੀ ਜੀ ਗੱਲ ਆ ਵੀ ਮੌਤ ਦੀਆਂ ਗੱਲਾਂ ਹੀ ਹੁੰਦੀਆਂ ਠੀਕ ਹੈ ਹੋਰ ਨਹੀਂ ਕੋਈ ਗੱਲ ਮੰਨ ਲਓ ਤੁਹਾਡੀ ਮੌਤ ਨਹੀਂ ਹੁੰਦੀ ਤੁਹਾਡਾ ਕਤਲ ਹੋ ਗਿਆ ਠੀਕ ਹੈ ਤੇ ਮੇਰੇ ਤੋਂ ਅੱਜ ਲਿਖਾ ਲਓ ਤੁਹਾਡੇ ਜੱਥੇ 'ਚੋਂ ਕਿਸੇ ਬੰਦੇ 'ਚ ਇੰਨੀ ਹਿੰਮਤ ਨਹੀਂ ਜਾ ਕੇ ਲਿਖਾ ਲਓ ਠੀਕ ਹੈ ਜੇ ਤੁਹਾਡੀ ਯਾਰੀ ਕਿਸੇ ਮੋਨੇ ਬੰਦੇ ਨਾਲ ਹੋਈ ਉਹਨੇ ਭੋਗ ਤੋਂ ਪਹਿਲਾਂ ਗਾਹਣੇ ਦਾ ਸਿਵਾ ਭੋਗ
ਟੈਟੂ ਬਣ ਕੇ ਮੈਂ ਕਿਹਾ ਬਾਹਾਂ ਤੇ ਉਹਨਾਂ ਦੀਆਂ ਫੋਟੋਆਂ ਤੇ ਗੱਲਾਂ ਨਹੀਂ ਆ ਠੀਕ ਆ ਦੂਜੀ ਗੱਲ ਉਹਦੇ ਪਿਓ ਨੇ ਇਹ ਕਿਹਾ ਵੀ ਜਿਹੜਾ ਸਿੱਧੂ ਮੂਸੇਵਾਲੇ ਦੀ ਮੌਤ ਦਾ ਬਦਲਾ ਲਊਗਾ ਉਹਨੂੰ 2 ਕਰੋੜ ਰੁਪਇਆ ਦਊਗਾ ਠੀਕ ਆ ਲੈ ਲੈਨੇ ਦਿੱਤਾ ਉਹਦੇ ਤੋਂ ਜਾਣਾ ਨੀ ਬਲਕੌਰ ਸਿੰਘ ਨਹੀਂ ਦਿੱਤਾ ਜਾਣਾ ਹੁਣ ਸਵਾਲ ਇਹ ਪੈਦਾ ਹੁੰਦਾ ਬਹੁਤ ਤੇ ਮਹਾਰਾਜ ਲਾਰੈਂਸ ਬਿਸ਼ਨੋਈ ਨੇ ਕੰਮ ਕਰਾਇਆ ਇਹ ਹਨਾ ਅਸਲ ਦੇ ਵਿੱਚ ਨਾ ਇਹ ਕੀ ਗੱਲਬਾਤ ਚੱਲਦੀ ਆਹੀ ਆ ਜਿਹੜੀ ਹੁਣ ਮੇਰੇ ਤੇ ਬੀਤ ਰਹੀ ਹੈ ਹਾਂ ਜਿਹੜਾ ਵਾ ਇਹ ਲਾਰੈਂਸ ਜਾਂ ਮੂਸੇ ਵਾਲਾ ਵਾ ਹਾਂ ਇਹ ਦਵਿੰਦਰ ਬੰਬੀਹੇ ਗਰੁੱਪ ਨਾਲ ਵਰਤਦਾ ਸੀ ਮੂਸੇ ਵਾਲਾ ਹਾਂ ਮੂਸੇ ਵਾਲਾ ਇਹਨੇ ਬੰਬੀਹਾ ਗਾਇਆ ਵੀ ਸੀ ਹਾਂ ਦਵਿੰਦਰ ਬੰਬੀਹੇ ਨਾਲ ਵਰਤਦਾ ਸੀ ਹਾਂ ਦਵਿੰਦਰ ਬੰਬੀਹੇ ਨੂੰ ਤਾਂ ਮਿਲਿਆ ਹੀ ਨਹੀਂ ਉਹ ਤਾਂ ਸਾਡੇ ਘਰੇ ਹੀ ਰਹਿੰਦਾ ਰਿਹਾ ਅਸੀਂ ਇਕੱਠੇ ਹੀ ਰਹੇ ਹਾਂ ਠੀਕ ਹੈ ਦਵਿੰਦਰ ਜਿੰਨੇ ਆ ਦਵਿੰਦਰ ਹੀ ਐਸਾ ਬੰਦਾ ਸੀ ਜਿਹੜਾ ਇਸ ਮੌਕੇ ਪਾਕਿਸਤਾਨ ਉੱਠ ਜਾਂਦਾ ਸੀ ਸਵੇਰੇ ਸਮਾਨ ਲੈ ਕੇ ਬਣਿਆ ਪਾਕਿਸਤਾਨ ਇਹ ਰਿਪੋਰਟਾਂ ਪੈਸੇ ਸੀ ਜਿਹੜਾ ਦਵਿੰਦਰ ਬੰਬੀਹਾ ਸੀ ਉਹਦੇ ਗਰੁੱਪ ਦੇ ਨਾਲ ਇਹਦੀ ਸਾਂਝ ਸੀ ਠੀਕ ਹੈ ਦਵਿੰਦਰ ਬੰਬੀਹੇ ਦੇ ਗਰੁੱਪ ਨੂੰ ਜੇਲ੍ਹ 'ਚ ਸਿੱਧੂ ਮੂਸੇਵਾਲਾ ਪੈਸੇ ਭੇਜਦਾ ਸੁੱਖ ਕਈ ਤਾਂ ਬੁੱਢੇ ਘੁੱਸੇ ਪਿੰਡ ਵਾਲੇ ਠੀਕ ਹੈ ਇਹਨਾਂ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਬਾਹਰ ਵੀ ਮਣੀ ਦਿੰਦਾ ਰਿਹਾ ਜਿਹੜਾ ਲਾਰੈਂਸ ਸੀ ਉਹ ਮੂਸੇਵਾਲੇ ਨੂੰ ਇਹ ਗੱਲ ਕਹਿੰਦਾ ਵੀ ਤੂੰ ਭਾਵੇਂ ਸਾਨੂੰ ਪੈਸੇ ਨਾ ਦੇ ਪਰ ਸਾਡੀ ਐਂਟੀ ਪਾਰਟੀ ਦੇ ਬੰਦਿਆਂ ਨੂੰ ਤੂੰ ਸ਼ਹਿ ਨਾ ਦੇ ਪਿੱਛੇ ਹਟਦਾ ਸੀ ਤਾਂ ਵੀ ਮਰਦਾ ਸੀ ਤੇ ਜੇ ਉਹ ਨਹੀਂ ਹਟਦਾ ਸੀ ਤਾਂ ਵੀ ਮਰਦਾ ਅਸਲ ਦੇ ਵਿੱਚ ਉਹਨੂੰ ਦੋਨਾਂ ਨੂੰ ਦੇਣੇ ਚਾਹੀਦੇ ਸੀ ਬਾਕੀ ਉਹ ਲਿਖੀ ਜਿਹੜੀ ਉਹ ਤਾਂ ਹੋਣੀ ਆ ਪਰ ਸਲਾਹ ਹੀ ਰਹਿ ਜਾਂਦੀਆਂ ਉਹ ਆਪਾਂ ਕਰੀ ਜਾਂਦੇ ਹੁਣ ਬਿਲਕੁਲ ਜਿਹਦੀ ਧੁਰ ਦਰਗਾਹ ਹੋਈ ਚਿੱਠੀ ਪਾਠ ਗਈ ਆ ਬਸ ਬਸ ਉਹਨੇ ਕਿੱਥੇ ਰਹਿਣਾ ਇਹ ਗੱਲਾਂ ਮਾਰ ਦਿੰਦੇ ਹੁਣ ਉਹ ਕਹਿੰਦੇ ਯਾਰ ਵੀ ਜੇ ਇਹ ਆਪਣੀ ਐਂਟੀ ਪਾਰਟੀ ਨੂੰ ਮਜ਼ਬੂਤ ਕਰਦਾ ਪਹਿਲਾਂ ਇਹਨੂੰ ਠੋਕ ਬਸ ਉਹ ਗਿਆ ਉਧਰੋਂ ਦਵਿੰਦਰ ਬੰਬੀਹੇ ਗਰੁੱਪ ਦਾ ਜਿਹੜਾ ਮੁਖੀ ਉਹ ਚੇਂਜ ਹੋ ਗਿਆ ਨਹੀਂ ਮਰਿਆ ਨੀ ਦਵਿੰਦਰ ਬੰਬੀਹਾ ਤਾਂ ਇੱਧਰ ਮਾਰਿਆ 13-14 ਚ ਸ਼ਾਇਦ ਇੱਥੇ ਮਾਰਿਆ ਗਿੱਲਪੁਰ ਚ ਪਿੰਡ ਵੱਲ ਰਾਮਪੁਰੇ ਕੋਲ ਕੋਲੇ ਅੱਛਾ ਕਿਵੇਂ ਸੀ ਬੰਦਾ ਯਾਰ ਦਿਲ ਦਾ ਉਹ ਬੰਦਾ ਬਹੁਤ ਵਧੀਆ ਬੰਦਾ ਸੀ ਅੱਛਾ ਜੀ ਇੱਦਾਂ ਵੀ ਜੇ ਮੰਨ ਲਓ ਵੀ ਤੂੰ ਆਪਦੀ ਦੁਸ਼ਮਣੀ ਦਾ ਘੱਟ ਹੁੰਦਾ ਸੀ ਇਹਨੂੰ ਆ ਜਾਂਦੇ ਮੇਰੇ ਯਾਰ ਨੂੰ ਕਿਸੇ ਨੇ ਮਾੜਾ ਬੋਲਿਆ ਸੀ ਮੈਂ ਉਹ ਮਾਰਦਾ ਓ ਬਸ ਇੰਨੀ ਸੀ ਥੋੜ੍ਹਾ ਟਾਈਮ ਚੱਲਿਆ ਅਤੇ ਬਹੁਤ ਕਤਲ ਕੀਤੇ ਉਹਨੇ ਕਹਿ ਕਹਿ ਕੇ ਦੱਸ ਦੱਸ ਕੇ ਵੀ ਆਹ ਬੰਦਾ ਤੇ ਇਹ ਦੂਜਾ ਹੁਣ ਲਾਰੈਂਸ ਬਿਸ਼ਨੋਈ ਅੰਦਰੋਂ ਹੀ ਚਲਾਉਂਦਾ ਗੇਮ ਸਾਰੀ ਹਾਂ ਉਹ ਅੰਦਰ ਹੀ ਚਲਾਉਂਦਾ ਅੰਦਰ ਇਹਨਾਂ ਦੇ ਕਾਹਦੇ ਅੰਦਰ ਹਾਂ ਨੇਰੇ ਸਿਰ ਇਹਨਾਂ ਨੇ ਸ਼ੋਪਿੰਗ ਕਰਨੀ ਮੌਲ ਚ ਇਹਨਾਂ ਨੂੰ ਲਿਆਂਦਾ ਜਾਂਦਾ ਅੱਛਾ ਠੀਕ ਆ ਇਹਨਾਂ ਨੇ ਕਿਤੇ ਘੁੰਮਣਾ ਫਿਰਨਾ ਫੈਕਸ਼ਨ ਦੇ ਉੱਤੇ ਲਿਆਂਦਾ ਜਾਂਦਾ ਕੁੱਟਮਾਰ ਪੁਲਿਸ ਇਹਨਾਂ ਨੂੰ ਕਰਦੀ ਨਹੀਂ ਡਰਦੀ ਹੈ ਡਰਦੀ ਅਗਲਾ ਕਹਿੰਦਾ ਭੈਣ ਤਨਖਾਹ ਕੰਮ ਲੈਣਾ ਆਪਾਂ
ਕਰਾਉਣਾ ਕਿ ਇਹੋ ਜਿਹੇ ਨੂੰ ਛੇੜ ਕੇ ਅਗਲੇ ਨੇ ਨਿਗਾਹ 'ਚ ਬੰਦਾ ਕੱਢ ਲਿਆ ਮਰਵਾ ਦੇਣਾ ਉਹਦੇ। ਸਹੀ ਹੈ, ਇਹਦੇ ਮਗਰ ਹੀ ਬਹੁਤ ਵਿਸ਼ਨੋਈ ਮਗਰ ਬੰਦੇ ਹੈ ਨਾ ਨਾਮ ਕਰਕੇ। ਠੀਕ ਹੈ, ਹੁਣ ਦੇਖ ਲਾ ਬੰਦਾ ਯਾਰ ਸੁਨੱਖਾ ਕਿੱਡਾ ਹੈ ਨਾ ਵਿਸ਼ਨੋਈ। ਹਾਂਜੀ ਇੱਦਾਂ ਹੈਗਾ, ਪਰ ਕੀ ਜ਼ਿੰਦਗੀ ਥੋੜ੍ਹੀ ਹੈ ਕੋਈ ਭਾਈ, ਅਰਬਾਂ ਖਰਬਾਂ ਰੁਪਈਆ ਕੋਲ ਵਰਤ ਸਕਦੇ ਨਹੀਂ ਹੈਗੇ। ਹੁਣ ਮੈਂ ਇਹ ਸੋਚ ਰਿਹਾ ਸਾਰੀ ਉਮਰ ਅੰਦਰ ਹੀ ਰਹੂਗਾ ਇਹ, ਨਹੀਂ ਆ ਵੀ ਸਕਦਾ ਬਾਹਰ, ਇਹੋ ਜਿਹੀ ਗੱਲ ਨਹੀਂ। ਇਹ ਤੇ ਕਤਲ ਕੇਸ ਹੈ, ਮੈਂ ਤੁਹਾਨੂੰ ਦੱਸਦਾ ਤੁਸੀਂ ਇੱਕ ਕਤਲ ਕਰ ਦਿਓ ਅੱਜ, ਹਾਂ ਤੁਹਾਨੂੰ 5 ਸਾਲ ਦਾ ਮੰਨ ਲਓ ਸਜ਼ਾ ਉਹਦੇ 'ਚ, ਇੱਕ ਕਤਲ 5 ਸਾਲਾਂ ਕਰ ਦਿਓ, 5 ਸਾਲ ਹੋਰ ਹੋ ਜੂ, ਇੱਕ 10 ਸਾਲਾਂ ਵਿੱਚ 15 ਹੋ ਜੂ, ਮਤਲਬ ਇਹ ਫਿਰ ਤੁਸੀਂ 15 ਸਾਲ ਲਈ ਬਚ ਗਏ। ਜੇ ਤੁਸੀਂ 3 ਕੇਸ ਕਤਲ ਅੱਜ ਕਰ ਦਿਓ ਫਿਰ ਤੁਸੀਂ 5 ਸਾਲਾਂ 'ਚ ਬਾਹਰ ਆ ਜਾਓ। ਅੱਛਾ ਏਦਾਂ ਹੈ ਵੀ ਜੇ 10 ਬੰਦੇ ਮਾਰ ਦਈਏ ਫਿਰ ਵੀ 5 ਸਾਲਾਂ 'ਚ ਬਾਹਰ, ਟਾਈਮ ਪੀਰੀਅਡ ਦੇ ਹਿਸਾਬ ਨਾਲ ਜਿਹੜੀ ਵਾਰਦਾਤ ਕਰ ਕਿਵੇਂ ਰਹੇ ਆ। ਹੁਣ ਇੱਕ ਬੰਦਾ ਤੁਸੀਂ ਚੱਕ ਲਿਆ, ਤੁਸੀਂ ਮਾਰ ਕੇ ਉਹਨੂੰ ਨਹਿਰ 'ਚ ਸੈੱਟ ਤਾ, ਉਹਨੂੰ ਅੱਗ ਲਾ ਦਿੱਤੀ ਜਾਂ ਉਹਨੂੰ ਦਫ਼ਨੀ ਕਰਤਾ, ਉਹਦੀ ਲਾਸ਼ ਕੋਲ ਉਹਦੇ ਹੱਥ ਨਹੀਂ ਲੱਗੀ, ਤੁਸੀਂ 6 ਮਹੀਨਿਆਂ 'ਚ ਬਾਹਰ, ਬਸ ਬਸ ਨਾ ਕੋਈ ਕਤਲ ਚੱਲੇ ਨਾ ਕੁਛ, ਫਿਰ ਨਾ ਚਲੋ ਸਬੂਤ ਹੀ ਹੈ ਨੀ, ਸਬੂਤ ਹੀ ਹੈ ਨੀ ਨਾ। ਠੀਕ ਹੈ ਤੇ ਹੁਣ ਗੋਲਡੀ ਬਰਾਡ ਤਾਂ ਕੈਨੇਡਾ ਹੀ ਹੈ ਨਾ, ਅਮਰੀਕਾ ਉੱਡ ਗਿਆ ਇਹ ਤਾਂ ਮਹਾਰਾਜ, ਤੁਸੀਂ ਵੀ ਕੈਨੇਡਾ ਕਨੂਡਾ ਜਾਓ, ਬੱਲੇ ਬੱਲੇ ਹੋ ਜੂਗੀ ਉੱਥੇ। ਕਿਉਂਕਿ ਗੱਲ ਸੁਣੋ, ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਤੁਸੀਂ ਹੈਗੇ ਹੁਣ ਇਹੋ ਜਿਹੇ ਬੁਲਾਰੇ ਜੋ ਬੋਲੋਗੇ ਦੁਨੀਆ ਸੁਣਦੀ ਹੈ, ਠੀਕ ਹੈ। ਇਸ ਵੇਲੇ ਤੁਹਾਡਾ ਇੱਕ ਨਾਂ ਚੱਲ ਗਿਆ ਤੇ ਪੰਥ 'ਚ, ਕੈਨੇਡਾ ਜਾ ਕੇ ਵੀ ਬਿਆਨ ਦਿਓਗੇ ਉਹ ਵੀ ਚੱਲਣਗੇ। ਇਹ ਕਿਵੇਂ ਪਤਾ ਲੱਗ ਜਾਂਦਾ ਹੈ? ਉਹਦਾ ਮੁੱਲ ਥੋੜੀ ਆ, ਆਹੀ ਤਾਂ ਰੌਲਾ ਹੈ, ਆਹੀ ਤਾਂ ਰੌਲਾ ਦੇਖਦੀ ਤਾਂ ਦੁਨੀਆ ਬਹੁਤ ਹੈ, ਪਰ ਗੱਲ ਇਹ ਹੁੰਦੀ ਹੈ ਵੀ ਕੋਈ ਹੱਥ ਵੀ